ਤੇ ਦਫ਼ਤਰ ਵਿੱਚ ਜਾ ਕੇ ਪਤਾ ਨਹੀਂ ਕੀ ਇੰਟਰੋਗੇਸ਼ਨ ਕੀਤੀ ਆ, ਕੀ ਪੁੱਛਗਿੱਛ ਕੀਤੀ ਆ, ਕੀ ਟੌਰਚਰ ਕੀਤਾ ਗੁਰਦੁਆਰਾ ਅੰਬ ਸਾਹਿਬ ਦੇ ਗੁਰਦੁਆਰੇ ਜਾਣ ਕੇ 13-14 ਰਾਤ ਨੂੰ ਜੁਲਾਈ ਨੂੰ ਫਾਹਾ ਲੈ ਕੇ ਆਪਣੀ ਜਾਨ ਚਲਾ ਨੋਟ ਲਿਖ ਕੇ ਗਿਆ ਕਿ ਕਿਰਪਾ ਕਰਕੇ ਮੇਰੇ ਤੋਂ ਬਾਅਦ ਮੇਰੇ ਪਰਿਵਾਰ ਦੋਸਤਾਂ ਨੂੰ ਤੰਗ ਨਾ ਕੀਤਾ ਜਾਵੇ। ਦੈਟ ਮੀਨਸ ਉਹਨੂੰ ਪਤਾ ਸੀਗਾ ਕਿ ਮੇਰੇ 'ਤੇ ਵੀ ਜੁਆਪਾ ਠੋਕਣਗੇ ਅਤੇ ਮੇਰੇ ਤੋਂ ਬਾਅਦ ਮੇਰੇ ਪਰਿਵਾਰ ਨੂੰ ਵੀ ਹਰਾਸ ਕਰਨ ਉਹਨਾਂ ਜਾਨ ਗਵਾ ਦਿੱਤਾ। ਹਾਲਾਂਕਿ ਪਰਿਵਾਰ ਇਸ ਨੂੰ ਮਰਡਰ ਕਰਾਰ ਦਿੰਦਾ ਵਾ ਕਿਉਂਕਿ ਇਹਦੇ ਚਾਚਾ ਜੀ ਨੇ ਪਿੰਡ ਸਿਵਿਆਂ ਵਿੱਚ ਖੜ੍ਹ ਕੇ ਜਦੋਂ ਉਹਨਾਂ ਨੇ ਅੰਤਿਮ ਸੰਸਕਾਰ ਕੀਤਾ ਭੋਲੇ ਲੋਕ ਸੀਗੇ ਉਹਦੇ ਉਹਦੇ ਪ੍ਰਾਈਵੇਟ ਪਾਰਟਸ ਦੇ ਨਲਾਂ 'ਤੇ ਟੌਰਚਰ ਦੇ ਨਿਸ਼ਾਨ ਸੀ। ਇਹਨਾਂ 'ਤੇ ਕੋਈ 57 ਦਾ ਵੀ ਮਾਮਲਾ ਨਹੀਂ ਸਾਰੀ ਜ਼ਿੰਦਗੀ ਦੇ ਵਿੱਚ। ਸਡਨਲੀ ਸਵੇਰੇ ਉੱਠਦੇ ਨੇ ਅੱਤਵਾਦੀ ਪੜ ਗਏ ਦੇਸ਼ ਨੂੰ ਤੋੜਨ ਵਾਲੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਪਿਆਰੇ ਤੁਸੀਂ ਸਭ ਆਖੂ ਵੀ ਚਾਹੁੰਦੇ ਹੋ ਕਿ ਪੰਜਾਬ ਅਤੇ ਭਾਰਤ ਦੇ ਵਿੱਚ ਯੁਆਪਾ ਦੀ ਬਹੁਤ ਹੀ ਦੁਰਵਰਤੋਂ ਹੋ ਰਹੀ ਹੈ, ਜਿਸ ਦੇ ਚੱਲਦਿਆਂ ਮਾਮਾ ਦੇ ਜਵਾਨ ਪੁੱਤ ਬੇਮਤਲਬ ਚੱਕ ਕੇ ਲੱਖਾਂ ਦੇ ਪਿੱਛੇ ਸੁੱਟੇ ਜਾ ਰਹੇ ਨੇ ਤੇ ਕਈ ਨੌਜਵਾਨ ਹੁਣ ਅਜਿਹੇ ਨੇ ਜੋ ਇਸ ਦੇ ਡਰ ਕਾਰਨ ਆਪਣੀ ਜੀਵਨ ਲੀਲਾ ਹੀ ਸਮਾਪਤ ਕਰ ਰਹੇ ਨੇ। ਹਾਲ ਹੀ ਦੇ ਵਿੱਚ ਤਾਜ਼ਾ ਮਾਮਲਾ ਭਾਈ ਲਵਪ੍ਰੀਤ ਸਿੰਘ ਰੱਤਾਹੇੜਾ ਦਾ ਸਾਹਮਣੇ ਆਇਆ ਹੈ, ਜਿਸ ਨੂੰ NIA ਨੇ ਪੁੱਛਗਿੱਛ ਵਾਸਤੇ ਅੰਮ੍ਰਿਤਸਰ ਤੋਂ ਬੁਲਾਇਆ ਸੀ ਤੇ ਅੰਮ੍ਰਿਤਸਰ ਤੋਂ ਆਪ ਇਹ ਨੌਜਵਾਨ ਪੁੱਛਗਿੱਛ ਵਾਸਤੇ NIA ਦੇ ਦਫ਼ਤਰ ਪਹੁੰਚਿਆ। ਉੱਥੇ ਕੀ ਪੁੱਛਗਿੱਛ ਹੋਈ, ਕੀ ਇਸ ਨੂੰ ਟੌਰਚਰ ਕੀਤਾ ਕਿ ਇਹ ਮੋਹਾਲੀ ਦੇ ਅੰਬ ਸਾਹਿਬ ਗੁਰਘਰ ਜਾ ਕੇ ਇੰਨਾ ਪਰੇਸ਼ਾਨ ਹੋਇਆ, ਇੰਨਾ ਤੰਗ ਹੋਇਆ ਕਿ ਆਤਮ ਹੱਤਿਆ ਕਰਨ ਤੇ ਮਜਬੂਰ ਹੋ ਗਿਆ। ਗੁਰਘਰ ਦੇ ਵਿੱਚ ਹੀ ਇਸ ਨੌਜਵਾਨ ਨੇ ਫਾਹਾ ਲੈ ਕੇ ਆਤਮ ਹੱਤਿਆ ਕਰ ਲਈ। ਆਖਿਰ NIA ਨੇ ਅਜਿਹੀ ਕੀ ਪੁੱਛਗਿੱਛ ਕੀਤੀ ਸੀ, ਕੀ ਧਮਕੀਆਂ ਦਿੱਤੀਆਂ ਸੀ, ਇਹ ਤਾਂ ਜਾਂਚ ਤੋਂ ਬਾਅਦ ਹੀ ਸਾਹਮਣੇ ਆਵੇਗਾ। ਪਰ ਇਸ ਨੌਜਵਾਨ ਨੇ ਮੌਤ ਤੋਂ ਪਹਿਲਾਂ ਲਿਖੇ ਹੋਏ ਸੁਸਾਈਡ ਨੋਟ ਦੇ ਵਿੱਚ ਇਹ ਸਾਫ਼ ਕੀਤਾ ਕਿ ਉਸਦੀ ਮੌਤ ਤੋਂ ਬਾਅਦ ਉਸ ਦੇ ਪਰਿਵਾਰ ਨੂੰ ਦੁਖੀ ਤੰਗ ਪਰੇਸ਼ਾਨ ਨਾ ਕੀਤਾ ਜਾਵੇ। ਜਿਸ ਦੇ ਚੱਲਦਿਆਂ ਇੱਕ ਪਾਸੇ ਅੰਬ ਸਾਹਿਬ ਤੋਂ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਰੋਸ ਮਾਰਚ ਲੈ ਕੇ ਮੁੱਖ ਮੰਤਰੀ ਨਿਵਾਸ ਤੱਕ ਨਿਕਲੇ ਤੇ ਦੂਸਰੇ ਪਾਸੇ ਸੁਖਪਾਲ ਸਿੰਘ ਖਹਿਰਾ, ਜਿਨ੍ਹਾਂ ਨੇ ਪਹਿਲੇ ਦਿਨ ਤੋਂ ਹੀ ਇਸ ਕਾਲੇ ਕਾਨੂੰਨ ਯੁਆਪਾ ਖਿਲਾਫ਼ ਆਪਣੀ ਆਵਾਜ਼ ਬੁਲੰਦ ਕੀਤੀ ਹੈ, ਉਹ ਸਾਰੇ ਹੀ ਯੁਆਪਾ ਪੀੜਿਤ ਪਰਿਵਾਰਾਂ ਨੂੰ ਨਾਲ ਲੈ ਕੇ ਪਹੁੰਚੇ ਸ੍ਰੀ ਦਰਬਾਰ ਸਾਹਿਬ। ਦੁਆਬਾ ਦੇ ਦੁਰਉਪਯੋਗ ਦੇ ਖਿਲਾਫ ਜੋ ਪੰਜਾਬ ਅਤੇ ਕੇਂਦਰ ਦੀਆਂ ਸਰਕਾਰਾਂ ਕਰ ਰਹੀਆਂ ਨੇ ਪੀੜਤ ਪਰਿਵਾਰਾਂ ਨੂੰ ਲੈ ਕੇ ਦਰਬਾਰ ਸਾਹਿਬ ਵਿਖੇ ਪਹੁੰਚੇ। SCPC ਦੇ ਇਨਫੋਰਮੇਸ਼ਨ ਆਫਿਸ ਦੇ ਬਾਹਰ ਅੱਜ ਖੜ੍ਹੇ ਸੀ ਔਰ ਅਸੀਂ ਆਪਣਾ ਜਿਹੜਾ ਮੈਮੋਰੈਂਡਮ ਸੀ, ਇੱਕ ਬਹੁਤ ਵੱਡਾ ਮੰਗ ਪੱਤਰ, ਇੱਕ ਬਕਾਇਦਾ ਕੇਸ ਸਟੱਡੀ ਕੀਤਾ ਜ਼ਮੀਨ 'ਤੇ ਜਾ ਕੇ ਪਿੰਡਾਂ 'ਚ ਲੋਕ ਕਚਹਿਰੀਆਂ ਹੋਲਡ ਕਰਕੇ, ਜਿਹਦੇ 'ਚ ਡਾਕਟਰ ਧਰਮਵੀਰ ਗਾਂਧੀ XMP, ਜਿਹਦੇ 'ਚ MLA ਜਗਦੇਵ ਸਿੰਘ ਕਮਾਲੂ, ਜਿਹਦੇ ਵਿੱਚ MLA ਨਿਰਮਲ ਸਿੰਘ ਖਾਲਸਾ, ਜਿਹਦੇ 'ਚ ਸਾਡੇ ਨਾਲ MLA ਜਗਤਾਰ ਸਿੰਘ ਜੱਗਾ ਹਿੱਸੋਵਾਲ ਰਾਏਕੋਟ ਅਤੇ ਪਤਵੰਤੇ ਸੱਜਣਾ ਦੀ ਹਾਜ਼ਰੀ 'ਚ ਪੂਰਾ ਪਿੰਡ ਇਕੱਠਾ ਕਰਕੇ ਅਕਾਲੀ, ਕਾਂਗਰਸੀ, ਆਮ ਆਦਮੀ, ਬਹੁਜਨ ਸਮਾਜ ਪਾਰਟੀ ਸਾਰਿਆਂ ਨੂੰ ਇਕੱਠਾ ਕੀਤਾ, ਪੁੱਛਿਆ ਕਿ ਜਿਹੜੇ ਯੁਆਪਾ ਵਿੱਚ ਬੱਚੇ ਬੇਗੁਨਾਹ ਤੁਸੀਂ ਫਰੇਮ ਕੀਤੇ ਆ, ਕੀ ਆ ਪੁਲਿਸ ਨੇ ਫਰੇਮ ਕੀਤੇ ਆ, ਗ੍ਰਿਫਤਾਰ ਕੀਤੇ ਆ, ਕੀ ਇਹਨਾਂ ਦੇ ਵਿੱਚ ਸੱਚਾਈ ਹੈ? ਯਕੀਨ ਰੱਖਣਾ, ਮੈਂ ਇਸ ਵਕਤ ਗੁਰੂ ਰਾਮਦਾਸ ਜੀ ਦੇ ਇਸ ਪਵਿੱਤਰ ਸਥਾਨ 'ਤੇ ਖੜ੍ਹੇ ਹਾਂ। ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ, ਯਾਨੀ ਹਰਪ੍ਰੀਤ ਸਿੰਘ ਜੀ ਸਿੰਘ ਸਾਹਿਬ ਨੂੰ ਮੈਮੋਰੈਂਡਮ ਦੇ ਆਇਆ ਔਰ ਅੰਦਰ ਮੱਥਾ ਟੇਕ ਕੇ ਅਰਦਾਸ ਕੀਤੀ ਹੈ ਕਿ ਸਾਨੂੰ ਇਸ ਜਿਹੜਾ ਪੀੜਾ ਚੱਕਿਆ ਇਹਦੇ 'ਚ ਇਨਸਾਫ਼ ਦਵਾਓ ਹੈ। ਔਰ ਅਸੀਂ ਕੇਸ ਸਟੱਡੀ ਵਿੱਚ ਪੇਸ਼ ਕੀਤਾ ਇਕੱਲਾ ਕੇਸ। ਆ ਮੇਰੇ ਕੋਲ ਇੱਕ ਲਵਪ੍ਰੀਤ ਦਾ ਕੁਦਰਤੀ ਫੋਟੋ ਆ, ਇਹ ਬੱਚਾ ਕੈਥਲ ਜ਼ਿਲ੍ਹੇ ਦਾ ਰਹਿਣ ਵਾਲਾ ਵਾ ਔਰ ਇਹ ਜਿਹੜਾ ਸ਼ਹੀਨ ਬਾਗ ਮੋਰਚਾ ਲੱਗਿਆ ਸੀਗਾ ਉਹਦੇ ਵਿੱਚ ਲੰਗਰ ਵਰਤਾਉਂਦਾ ਸੀ ਔਰ ਇਹ ਬੇਸਿਕਲੀ ਸਮਾਣੇ 'ਚ CCTV ਦੀ ਦੁਕਾਨ 'ਤੇ ਕੰਮ ਕਰਦਾ ਦਲਿਤ ਸਿੱਖ ਨੌਜਵਾਨ ਆ। ਇਹਦੇ 'ਤੇ ਯੁਆਪਾ ਪਹਿਲਾਂ ਦਿੱਲੀ ਲਾਈ ਔਰ ਦਿੱਲੀ ਵਿੱਚ ਆ ਸਾਡੀ ਭੈਣ ਸੰਦੀਪ ਕੌਰ, ਇਹਦਾ ਇੱਕ ਭਰਾ ਵੀ ਆ ਦੇਖੋਗੇ ਤੁਸੀਂ, ਇਹਦਾ ਨਾਮ ਹੈਗਾ ਮੋਹਿੰਦਰਪਾਲ ਸਿੰਘ। ਅਤੇ ਤੀਜੀ ਫੋਟੋ ਆ ਤੁਹਾਡੇ ਕੋਲ, ਅੱਜ ਆ ਨਹੀਂ ਸਕੇ, ਇਹ ਜੇਲ੍ਹ 'ਚ ਨੇ, ਆਹ ਤਿੰਨੇ ਜੇਲ੍ਹ 'ਚ ਨੇ। ਆਹ ਜਿਹੜਾ ਵਿਚਲਾ ਇਹ ਪਲੰਬਰ ਆ, ਇਸ ਪਲੰਬਰ ਨੂੰ ਅਤੇ ਤਿੰਨਾਂ ਨੂੰ, ਕਿਉਂਕਿ ਇਹ ਸਾਡੀ ਭੈਣ ਦਾ ਪਰਿਵਾਰ ਕਸ਼ਮੀਰੀ ਪਰਿਵਾਰ ਹੈ, ਦਿੱਲੀ ਰਹਿੰਦੇ 10 ਸਾਲ ਦੇ ਔਰ ਇਹ ਜਿਹੜਾ ਨੌਜਵਾਨ ਹੈ ਤਬਲਾ ਵਜਾਉਂਦਾ ਗੁਰਦੁਆਰਾ ਸਾਹਿਬ ਵਿਕਾਸਪੁਰ 'ਚ, ਇਹਨਾਂ ਨੂੰ ਸੌਖਾ ਮਿਲ ਗਿਆ ਕਨੈਕਸ਼ਨ ਅਤੇ ਕਸ਼ਮੀਰ ਦੇ ਨਾਲ ਵੀ ਜੁੜੇ ਨੇ ਕਿਉਂਕਿ ਕਸ਼ਮੀਰ ਹਾਲਾਤ ਖਰਾਬ ਹੈ, ਜੋੜ ਦਿਓ, ਅੱਤਵਾਦੀ ਬਣਾ ਦਿਓ। ਤਿੰਨਾਂ ਨੂੰ ਚੱਕ ਕੇ ਪਹਿਲਾਂ ਉੱਥੇ ਕੀਤਾ, ਇਸ ਨੂੰ ਪਟਿਆਲਾ ਸਦਰ FIR ਨੰਬਰ 144 'ਚ ਵੀ ਇੰਪਲੀਕੇਟ ਕਰ, 2 ਮਲਟੀਪਲ FIRs ਕਿ ਸਾਰੀ ਉਮਰ ਮੁੜ ਕੇ ਬਾਹਰ ਕਿਵੇਂ ਕਰ ਸਕਦੇ ਔਰ ਇੱਦਾਂ ਸਾਰੇ ਗਰੀਬ ਚੱਕੇ ਨੇ। ਆਹ ਦੇਖੋ ਜੀ, ਅਚਾਨਕ ਪਿੰਡ ਦਾ ਅੰਮ੍ਰਿਤਪਾਲ ਨਿੱਕਾ ਜਿਹਾ 45-50 ਕਿਲੋ ਭਾਰ। ਆਹ ਦੇਖੋ ਜਸਪ੍ਰੀਤ ਬੋੜੇਵਾਲ ਅਫਗਾਨਾਂ ਦਾ,
बहुत बच्चा 18-19 साल का, आ सुखचैन सिंह सेहरा पिंड का, इन्हू चक्या पिंड की कचहरी च गए, हाकम सिंह सरपंच, बलविंदर सिंह पंच, चार पांच सत्त पांच सारे नंबरदार पिंड के इकट्ठे हुए, कहते यार ये तो 26 जून में इस सुखचैन को साढ़े को पुलिस लेके गई है, प्लेन कपड़ा च 3 पुलिस वाले सी एस स्टाफ पटियाला, 28 जून अखबार खोल कह के गए कि मुंडे को वापस भेज देंगे पुछगिछ कर, 28 तरीक को अखबार खोलते हैं तो पता लगे कि गाजेवास पिंड समाणा सदर के नाके से फड़े गए ने एक पिस्तौल 7 कारतूस और जिन्ने बच्चे मैं जिक्र कर रहा सारी एफ आई आर बिल्कुल भरोसा करना मैं आफ्टर ड्यू डिलीजेंस कह रहा इन कोई 57 का भी मामला नहीं सारी जिंदगी सडनली सवेरे उठते ने अतवादी बढ़ गए देश को तोड़न वाले एक मेरे हल्के का जोगिंदर सिंह गुजर का केस है उसके इल्जाम लाया कि तू 200 यूरो ट्रांसफर किया इटली तो जलंधर 15,000 रुपया कि साढ़े देश की एकता तो अखंडता एड्डी कमजोर आ 15,000 ना टुट जू देर फोर एवरी विलेज आई वेंट बकायदा केस स्टडी कर दे आ केस समझना लवप्रीत सिंह इन्हों रत्ताखेड़ा पिंड है दिड़वा हल्का जरा साढ़े एम एल ए लीडर ऑफ ओपोजिशन जिन्हों बनाया इस जगह दलितों की हिफाजत करेंगे दलित मुंडा वा चू तक नहीं की उन्हें और इसका कसूर की सगा 2018 की कोई सुल्तानवेंड अमृतसर में एफ आई आर के खालिस्तान के पोस्टर दीवारा लिखते सी पोस्टर लाते एन आई ए ने सद लिया 13 जुलाई में अपने दफ्तर 51 सैक्टर सैक्टर चंडीगढ़ उत्थे पता नहीं किन्नी पूछताछ आप ही गया चल के अतवादी जाते होंगे पूछताछ जाते हैं उन्हों को तो हथियार होने चाहिए आता बगावत करे गोलियां चला आप ही बस चढ़ के एन आई ए के दफ्तर चले गया तो दफ्तर में जाके पता नहीं की इंटेरोगेशन की पूछगिछ की टॉर्चर किया गुरुद्वारा अंब साहब के गुरुद्वारे जा के 13-14 रात को जुलाई में फाहा लेके अपनी जान बचाई नोट लिख के गया कि कृपा करके मेरे को बाद मेरे परिवार दोस्तों को तंग ना किया जाए दैट मीनस उन्होंने पता सगा कि मेरे तो भी जो आप ठोकन गए तो मेरे तो बाद मेरे परिवार को भी हरास कर उनके जान गवा दी हालांकि परिवार इस मर्डर करार दिता वा क्योंकि ये चाचा जी ने पिंड सिव्या खड़ के जो उन्होंने अंतिम संस्कार किया भोले लोग सके प्राइवेट पार्ट्स के नलों पर टॉर्चर के निशान से इस तरह न सारी केस स्टडी करके अज असी अकाल तख्त साहब के जथेदार एक प्रोपर खुलंदे की शक्ल च मेमोरेंडम मैनशनिंग एवरी पार्ट ऑफ द वायलेशन ऑफ ह्यूमन राइट्स इन पंजाब एंड यू नो कंप्लीट थ्रोइंग टू विंड द कॉन्स्टिट्यूशन एंड एवरीथिंग एल्स फंडामेंटल हकूकों की छिके तो टंग के चलो मान लिया जी कि आह लाता से पोस्टर खालिस्तान ने मान लिया एक मिनट तो युवापा लानी सिर पर कुछ छोटा मोटा चलान कर दो महीने चमान खो दो कि युवापा इसलिए बनाई सी कि आ बेगुनाह गरीबों के उत्ते ला के अपने मनसूबे पूरे करो और अफसोस कि कांग्रेस हाईकमांड इसको काला करोड़ करार दे रही है कपिल सिब्बल पी चिदम्बरम वे वे वकील लीडर राज्यसभा बोलते हैं लिखते हैं आर्टिकल कि काला कानून है ओपरेसिव लॉ आ सारे देश में कांग्रेस को काला कानून लग रहा पंजाब में चिट्टा लगन लग गया कैप्टन साहब ने 16 मुकदमे दर्ज किए जिनकी केस स्टडी असी की है ये सरासर अन्याय ये सरासर बेजुबानियां नाल जिदा आप किसी बेजुबाने ते जुलम करिए वो अपनी आवाज़ भी ना कट सके ये वो कहानी कथा पंजाब की असी पेश की जथेदार की कचहरी के और नाल मैं कहना चाहना पंजाब पुलिस ये एक डिजाइन के तहत उन्होंने तो सारी कौम को बदनाम करी जाती सारे वक्खवादी ने सारे अपवादी ने परचे दर्ज करी जाते और एक डिजाइन है इन्हों का एक स्टैंडर्डाइज एफ आई आर 16 दिन 16 कड लवे पुलिस डी एस पी को अज रात सुपना आया कि खुफिया सोर्सिज ने मैंने कहा कि लवप्रीत सिंह देश की एकता के अखंडता को तोड़न लगा इस करके अभी गिरफ्तार करके जो आप ला रहे स्टैंडर्डाइज प्रोसीजर और यदा मनसूबा पुलिस का अपने फेलियर्स को छुपा अपन नाकामिया जो रोज़ पंजाब बलात्कार लुट कसुट करप्शन दिन दहाड़े चोरिया डाके पुलिस का तशद्दुद लोगों के थाणियों के कपड़े ला के वीडियो बनाते किसानों को कुटते हैं नंगे करके उन्होंने कहा एक चंगा काम बना लो इन्हें कह दो देश की लड़ाई लड़ रही नाले तो फीतियां लगन गए स्टार लगन गए खालिस्तान इतने बस्ट करता खालिस्तान मॉड्यूल इतने बस्ट करता अज इदा सेहरा पिंड का नौजवान चक के पिस्तौल पाता ये आ सुखचैन से इदा खालिस्तानी बना बना के इन्हों जेलों चक्की आते हैं तो लोगों हवा पैदा करी जाते हैं शहरी वोटर डराई तुरे जाते हैं कि बच जो खालिस्तान आ गया बच जो 2020 आ गया जबकि पंजाब के वातावरण हाँ पुलिस अपने जबर जुलम ते तशद्दुद राही 100-150 नौजवान की लिस्टा बनाई थाने 18-18-20 साल के बच्चे किसी ने माड़ी जी कोई पोस्ट लाइक करती एस एफ जे की कोई कमेंट करता फिंगरप्रिंट्स आधार कार्ड तुम तो आप पैदा कर रहे हो
ਨੌਜਵਾਨਾਂ ਨੂੰ ਟਕ ਟਕ ਹਿਲ ਰਹੇ ਹੋ ਕਿ ਜਾਓ ਇਸ ਦੇਸ਼ ਦੇ ਕਾਨੂੰਨ ਨੂੰ ਤੋੜੋ। ਨਾ ਕਰੋ ਇੱਦਾਂ ਕੈਪਟਨ ਸਾਹਿਬ, ਤੁਹਾਨੂੰ ਮੈਮੋਰੈਂਡਮ ਅਸੀਂ ਭੇਜਤਾ, ਤੁਹਾਡੇ ਆਫਿਸ ਵਿੱਚ ਪਹੁੰਚ ਚੁੱਕਿਆ ਵਾ ਬਕਾਇਦਾ ਆਹ ਸਾਰਾ ਜਿਹੜਾ ਦਸਤਾਵੇਜ਼ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਦਿੱਤੇ, ਬਿਕੋਜ਼ ਗਵਰਨਰ ਨਹੀਂ ਮਿਲਦਾ, ਲੁਕ ਗਏ ਨੇ, ਤੁਸੀਂ ਫਾਰਮ ਹਾਊਸ 'ਤੇ ਬੈਠੇ ਹੋ। ਅਸੀਂ ਸੋਚਿਆ ਜਥੇਦਾਰ ਕੋਲ ਚੱਲਦੇ ਹਾਂ, SGPC ਇੱਡੀ ਵੱਡੀ ਸੰਸਥਾ, ਇਹਨਾਂ ਗਰੀਬਾਂ ਦੇ ਕੇਸ ਵੀ ਲੜਨਗੇ, ਇਹਨਾਂ ਦੀ ਸਹਾਇਤਾ ਵੀ ਕਰਨਗੇ, ਔਰ ਸਾਡੀ ਮੰਗ ਆ ਕਿ ਨਿਆਇਕ ਜਾਂਚ ਕਰਵਾ ਦਿਓ, ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ। ਅਸੂਲਨ ਤਾਂ ਜਾਂਚ ਚਾਹੀਦੀ ਆ ਫਰੋਮ ਏ ਸਿਟਿੰਗ ਜੱਜ ਆਫ ਦੀ ਹਾਈ ਕੋਰਟ, ਤਾਂ ਕਿ ਉਹ ਨਿਰਪੱਖਤਾ ਨਾਲ ਜਾਂਚ ਕਰੇ, ਕਿਸੇ ਪੋਲੀਟੀਕਲ ਪ੍ਰੈਸ਼ਰ 'ਚ ਨਾ ਆਵੇ। ਚਲੋ ਕੈਪਟਨ ਸਾਹਿਬ, ਜਸਟਿਸ ਮਹਿਤਾਬ ਸਿੰਘ ਗਿੱਲ ਕੋਲੋਂ ਕਰਾ ਦਿਓ, ਫਾਰਮਰ ਐਕਟਿੰਗ ਚੀਫ ਜਸਟਿਸ ਔਫ ਪੰਜਾਬ ਹਰਿਆਣਾ ਹਾਈ ਕੋਰਟ, ਜਿਹਨਾਂ ਨੂੰ ਕੈਪਟਨ ਸਾਹਿਬ ਨੇ ਆਪ ਬਦਲਾਖੋਰੀ ਕਮਿਸ਼ਨ ਦਾ ਆਪ ਚੇਅਰਮੈਨ ਨਿਯੁਕਤ ਕੀਤਾ। ਉਹ ਕੈਪਟਨ ਸਾਹਿਬ ਨੂੰ ਅੱਜ ਤੋਂ 4 ਸਾਲ ਪਹਿਲਾਂ ਪੰਜਾਬ ਪੁਲਿਸ ਬਹੁਤ ਮਾੜੀ ਲੱਗਦੀ ਸੀ, ਇਲਜ਼ਾਮ ਲਾਉਂਦੇ ਹੁੰਦੇ ਸੀ ਕਿ ਸਾਡੇ ਕਾਂਗਰਸ ਦੇ 20,000 ਮੁਕੱਦਮਾ ਵਰਕਰਾਂ ਦੇ ਉੱਤੇ ਦਰਜ ਕਰਕੇ ਝੂਠੇ ਪਰਚੇ ਦਰਜ ਕੀਤੇ ਨੇ, ਤਾਂ ਹੀ ਉਹ ਕਮਿਸ਼ਨ ਬਣਾਇਆ ਨਾ। ਉਹ ਵੀ ਪੁਲਿਸ ਬਹੁਤ ਅੱਛੀ ਲੱਗਦੀ ਇਹਨਾਂ ਨੂੰ, ਦਿਨਕਰ ਗੁਪਤਾ ਸਾਹਿਬ DGP, ਉਹਨਾਂ ਦੀ ਘਰਵਾਲੀ ਚੀਫ ਸੈਕਟਰੀ, ਜੋ ਕਹਾਣੀ ਦੱਸੀ ਜਾਂਦੇ ਦਿਨਕਰ ਗੁਪਤਾ ਸਾਹਿਬ, ਇਹ ਸਾਰੇ ਹੀ ਅੱਤਵਾਦੀ ਨੇ। ਉਹਦਾ ਆਪਾਂ ਬਿਆਨ ਸੁਣ ਲਿਆ ਸੀ ਨਾ ਕਿ ਜਿਹੜੇ ਪਾਕਿਸਤਾਨ ਕਰਤਾਰਪੁਰ ਸਾਹਿਬ ਗੁਰਦੁਆਰਾ ਕਰਤਾਰਪੁਰ ਸਾਹਿਬ ਮੱਥਾ ਟੇਕਣ ਜਾਂਦੇ, ਉਹਨਾਂ ਨੂੰ ਪਾਕਿਸਤਾਨ 6 ਘੰਟਾ 'ਚ ਟ੍ਰੇਨਿੰਗ ਦੇ ਕੇ ਅੱਤਵਾਦੀ ਬਣਾ ਕੇ ਭੇਜ ਦਿੰਦੇ, ਉਹਨੂੰ ਸਜ਼ਾ ਤਾਂ ਕੀ ਦੇਣੀ ਸੀ ਉਹਦੀ ਘਰਵਾਲੀ ਨੂੰ ਚੀਫ ਸੈਕਟਰੀ ਬਣਾ ਤਾਂ, ਸਾਨੂੰ ਚਲੋ ਇਸ ਗੱਲ ਨਾਲ ਕੋਈ ਲੈਣਾ ਦੇਣਾ ਨਹੀਂ ਗਾ। ਬਟ ਯੁਆਪਾ ਕੈਨੋਟ ਬੀ ਐਂਡ ਸ਼ੁੱਡ ਨੋਟ ਬੀ ਅਲਾਊਡ ਟੂ ਬੀ ਮਿਸਯੂਜ਼ਡ ਇਨ ਬਾਏ ਪੰਜਾਬ ਪੁਲਿਸ, ਬਾਏ ਪੰਜਾਬ ਗਵਰਨਮੈਂਟ, ਬਾਏ ਦੀ ਮੋਦੀ ਗਵਰਨਮੈਂਟ ਔਰ NIA ਐਸ ਸੱਚ NRTA ਐਕਟੀਵਿਸਟ, ਚੰਗੇ ਚੰਗੇ ਬੰਦੇ, ਵਰਵਰਾ ਰਾਓ ਵਰਗੇ ਇੰਟਲੈਕਚੁਅਲਸ, ਅਖਿਲ ਗਿਗੋਈ, ਨਵਲੱਖਾ, ਸਫੂਰਾ ਜਰਕਰ, ਅੰਬੇਦਕਰ ਸਾਹਿਬ ਦਾ ਪੁੱਤਾ ਵੀ ਬਖਸ਼ੇ। ਔਰ ਮੈਂ ਪੰਜਾਬ ਦੇ ਪੋਲੀਟੀਕਲ ਪਾਰਟੀਆਂ ਨੂੰ ਕਹਿਣਾ ਚਾਹੁੰਦਾ, ਤੁਹਾਨੂੰ ਹੀ ਨਹੀਂ ਬਖਸ਼ਣਗੇ, ਤੁਸੀਂ ਚੁੱਪ ਕਰਕੇ ਬੈਠੇ ਹੋ ਨਾ, ਅਕਾਲੀ ਦਲ ਦੇ ਲੀਡਰੋ, ਇਹ ਲੜਾਈ ਤਾਂ ਤੁਹਾਡੀ ਸੀ, ਮੇਰੀ ਨਹੀਂ ਸੀਗੀ, ਇਹਨਾਂ ਦੀ ਲੜਾਈ ਨਹੀਂ ਗੀ। ਤੁਸੀਂ ਕਹਿੰਦੇ ਅਸੀਂ ਸਿੱਖਾਂ ਦੀ ਨੁਮਾਇੰਦਾ ਜਮਾਤ ਆ, ਅਸੀਂ ਪੰਥਕ ਜਥੇਬੰਦੀਆਂ, ਬੋਲਦੇ ਕਿਉਂ ਨਹੀਂ ਗਏ ਤੁਸੀਂ? ਆਮ ਆਦਮੀ ਪਾਰਟੀ ਨਿੱਤ ਦਿਨ ਮਾਨ ਸਾਹਿਬ ਤੁਸੀਂ ਵੀਡੀਓ ਬਣਾਉਂਦੇ ਹੋ, ਇਹ ਤੁਹਾਨੂੰ ਦਿਸ ਨਹੀਂ ਰਹੇ, ਸਾਰੇ ਸੰਗਰੂਰ ਦੇ ਨਾਲ ਰੱਤਾ ਖੇਡਾ ਦਾ ਮੁੰਡਾ ਵਾ, ਸੰਗਰੂਰ ਦਾ, ਤੁਹਾਡੇ LOP ਦੇ ਲੀਡਰ ਆਫ ਆਪੋਜੀਸ਼ਨ ਦੇ ਅਸੈਂਬਲੀ ਹਲਕੇ ਦਾ ਮੁੰਡਾ ਇਹ, ਬਟ ਨੋ ਵੀਡੀਓ ਐਟ ਆਲ, ਨੋ ਵੋਇਸ, ਡਰਦੇ ਆ। ਇਹ ਹਲੇ ਆਪਾਂ ਦੇਸ਼ ਭਗਤੀ ਵੀਆਂ 'ਚੋਂ ਪੰਜਾਬ ਦੇ ਨੌਜਵਾਨ ਚੀਨ ਦੀ ਲੜਾਈ ਝਗੜੇ ਨਾਲ, ਅਨਾਜ ਦੇਸ਼ ਦਾ ਸਪੋਰਟਸ ਵਿੱਚ ਅੱਗੇ, ਫਿਰ ਵੀ ਅਸੀਂ ਦੇਸ਼ ਭਗਤੀ ਦਾ ਸਬੂਤ ਦੇਣ 'ਤੇ, ਅਤੇ ਹਿੰਦੂ ਰਾਸ਼ਟਰ ਤੋਂ ਮੰਗ ਲਵੇ ਉਹਦੇ 'ਤੇ ਕੋਈ ਵਾਪਾ ਨਹੀਂ। ਆਹ ਗਰੀਬ ਵਿਚਾਰੇ ਰੋਟੀ ਕਮਾਉਂਦੇ ਕਮਾਉਂਦੇ ਮਾੜਾ ਜਿਹਾ ਕੁਛ ਕਰ ਲੈਣ, ਇਹ ਚੱਕ ਠੱਕ ਯੁਆਪਾ, ਇਹ ਨਹੀਂ ਹੋਣਾ ਚਾਹੀਦਾ, ਦੋਹਰੇ ਮਾਪਦੰਡ ਨਹੀਂ ਚਾਹੀਦੇ। ਇਹ ਦੇਸ਼ ਸਭ ਦਾ ਵਾ, ਇੱਥੇ ਸਭ ਨੂੰ ਆਪਣੇ ਹਕੂਕ ਅਤੇ ਆਪਣੇ ਫਰੀਡਮ ਆਫ ਐਕਸਪ੍ਰੈਸ਼ਨ, ਫਰੀਡਮ ਟੂ ਰਾਈਟ ਆਫ ਸਪੀਚ, ਜਿਹੜਾ ਸਾਡਾ ਫੰਡਾਮੈਂਟਲ ਰਾਈਟ ਆ, ਅਤੇ ਬੇਗੁਨਾਹ ਲੋਕਾਂ ਨੂੰ ਜੇਲ੍ਹਾਂ 'ਚੋਂ ਰਿਹਾ, ਇਹ ਨਹੀਂ ਬੋਲ ਸਕਦੇ। ਇਹਨਾਂ ਕੋਲ ਵਕੀਲ ਜੋ ਕਿ ਪੈਸੇ ਨਹੀਂ ਗਏ ਮੇਰੇ ਵੀਰੋ, ਆਹ ਦੇਖ ਲਓ ਇਹਨਾਂ ਦੀਆਂ, ਇਹਨਾਂ ਦੇ ਚਿਹਰੇ ਦੇਖ ਲਓ ਤੁਸੀਂ, ਆਹ ਸਾਰੀਆਂ ਉਹ ਨੇ ਜਿਹਨਾਂ ਦੇ ਬੱਚੇ ਨਿੱਕੇ ਨਿੱਕੇ ਸਾਰੇ ਚੱਕ ਕੇ ਇਹ ਯੁਆਪਾ ਦੇ ਵਿੱਚ ਬੰਦ ਕਰ ਦਿੱਤੇ। ਬਸ ਇਹੀ ਸਾਡਾ ਅੱਜ ਦਾ ਮਕਸਦ ਸੀ, ਇਸ ਪਵਿੱਤਰ ਧਰਤੀ 'ਤੇ ਅਸੀਂ ਅੱਜ ਆਪਣੇ ਅਕੀਦਾ ਪੇਸ਼ ਕੀਤਾ ਔਰ ਸਿਰ ਝੁਕਾਇਆ, ਅਰਦਾਸ ਕੀਤੀ, ਅਕਾਲ ਤਖਤ ਸਾਹਿਬ 'ਤੇ ਅਰਦਾਸ ਕੀਤੀ। ਇਹ ਵਾਹਿਗੁਰੂ ਜਿਹੜੇ ਮੈਨੂੰ ਦੱਸ ਰਹੇ ਨੇ, ਪਰਗਤ ਸਿੰਘ ਜੀ ਗੁਰਾਵਾਂ ਖੜ੍ਹੇ ਨੇ ਸਾਡੇ ਨਾਲ, ਜੱਗਾ ਜੀ ਰਾਏਕੋਟ ਦੇ MLA ਸਾਹਿਬ ਭਰਪੂਰ ਸਿੰਘ ਜੀ, ਇਹ ਦੇਖੋ ਸਧਾਰਨ ਜੇ ਬਾਬਾ ਜੀ, ਰੋਸ ਮਾਰਚ ਕਰ ਰਹੀ ਹੈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ। ਖਿੱਚੀ ਮੇਰੇ ਯਾਰ, ਹੈਲੋ ਆ ਖਿੱਚੀ ਤਾਂ
ਗੁਰੂ ਪਿਆਰਿਓ, ਸਰਕਾਰਾਂ ਵਾਸਤੇ ਇੱਕ ਗੱਲ ਅਕਸਰ ਕਹੀ ਜਾਂਦੀ ਹੈ, ਸਰਕਾਰੇ ਤੇਰੇ ਕੰਮ ਨਿਕੰਮੇ, ਫਿਰ ਕਹੇਗੀ ਖਾੜ ਕੋ ਜੰਮੇ। ਜੇਕਰ ਵਾਕਈ ਹੀ ਕੋਈ ਦੋਸ਼ੀ ਹੈ, ਦੇਸ਼ ਵਿਰੋਧੀ ਗਤੀਵਿਧੀਆਂ ਦੇ ਵਿੱਚ ਸ਼ਾਮਿਲ ਹੈ, ਸਰਕਾਰਾਂ ਜ਼ਰੂਰ ਉਸ ਦੇ ਉੱਤੇ ਪਰਚੇ ਕਰਨ, ਜ਼ਰੂਰ ਉਸ ਦੇ ਉੱਤੇ ਯੂਆ ਪਾ ਲਾਉਣ, ਜ਼ਰੂਰ ਉਸ ਨੂੰ ਸਲਾਖਾਂ ਦੇ ਪਿੱਛੇ ਪਹੁੰਚਾਉਣ। ਪਰ ਅਜਿਹੇ ਬੱਚੇ ਜਿਨ੍ਹਾਂ ਨੇ ਕਦੇ ਰੌਂਦ ਵੇਖਿਆ ਨਹੀਂ, ਉਹਨਾਂ ਨੂੰ ਅਗਰ ਚੱਕ ਕੇ ਇਹ ਸਲਾਖਾਂ ਪਿੱਛੇ ਸੁੱਟਣ ਦੀ ਅਸਲਾ ਪਾ ਕੇ, ਤਾਂ ਤੁਸੀਂ ਆਪ ਸੋਚ ਸਕਦੇ ਹੋ ਕਿ ਅਜਿਹੇ ਬੱਚੇ ਕੱਲ੍ਹ ਨੂੰ ਕਿੱਦਾਂ ਦਾ ਪੰਜਾਬ ਦਾ ਜਾਂ ਭਾਰਤ ਦਾ ਭਵਿੱਖ ਤੈਅ ਕਰਨਗੇ, ਜਾਂ ਕਿੱਦਾਂ ਆਪਸ ਦੇ ਵਿੱਚ ਘੁੱਟ ਘੁੱਟ ਕੇ ਮੰਨਗੇ, ਅਤੇ ਉਹਨਾਂ ਪਰਿਵਾਰਾਂ ਦਾ ਕੀ ਜਿਹਨਾਂ ਉੱਤੇ ਇਹ ਤੋਹਮਤ, ਇਹ ਦਾਗ ਲੱਗ ਜਾਂਦਾ ਹੈ ਕਿ ਇਹ ਅੱਤਵਾਦੀ ਪਰਿਵਾਰ ਹੈ ਜਾਂ ਇਸ ਪਰਿਵਾਰ ਦਾ ਪੁੱਤ ਅੱਤਵਾਦੀ ਨਿਕਲ ਆਇਆ। ਇਸ ਲਈ ਸਰਕਾਰਾਂ ਨੂੰ ਆਪ ਸੋਚਣਾ ਚਾਹੀਦਾ ਹੈ ਕਿ ਜੋ ਵੀ ਕਾਨੂੰਨ ਬਣਾਏ ਜਾਂਦੇ ਨੇ ਉਸ ਦੀ ਵਰਤੋਂ ਜ਼ਰੂਰ ਕੀਤੀ ਜਾਵੇ, ਪਰ ਕਦੇ ਦੁਰਵਰਤੋਂ ਨਾ ਕੀਤੀ ਜਾਵੇ, ਮਾਵਾਂ ਦੇ ਜਵਾਨ ਪੁੱਤ ਬੇਮਤਲਬ ਨਾ ਮਾਰੇ ਜਾਣ, ਕਿਉਂਕਿ ਮਾਵਾਂ ਦੇ ਦਿਲ ਤੋਂ ਨਿਕਲੀਆਂ ਹੋਈਆਂ ਬਦਸੀਸਾਂ ਪੂਰੀਆਂ ਦੇ ਪੂਰੀਆਂ ਪੀੜ੍ਹੀਆਂ ਖਾਨਦਾਨਾਂ ਦੇ ਖਾਨਦਾਨ ਲੈ ਡੁੱਬਦੀਆਂ ਨੇ। ਤੁਸੀਂ ਸਭ ਇਸ ਮਸਲੇ ਉੱਤੇ ਕੀ ਸੋਚਦੇ ਹੋ, ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ। ਵੀਡੀਓ ਚੰਗੀ ਲੱਗੀ ਹੋਵੇ ਲਾਈਕ ਅਤੇ ਸ਼ੇਅਰ ਵੀ ਜ਼ਰੂਰ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ, ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।